ਤਾਂ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਵਾਗਤ ਹੈ ਸਾਡੇ ਚੈਨਲ। ਦੋਸਤੋ, ਛੋਟੀ ਜਿਹੀ ਖਬਰ ਲੈ ਕੇ ਆਏ ਹਾਂ ਪਰ ਬਹੁਤ ਹੀ ਜ਼ਿਆਦਾ ਜ਼ਰੂਰੀ ਖਬਰ ਲੈ ਕੇ ਆਏ ਹਾਂ। ਦੋਸਤੋ, ਆਖਿਰ ਕੀ ਹੈ? 10ਵੀਂ ਅਤੇ 12ਵੀਂ ਸ਼੍ਰੇਣੀ ਦੇ ਬੱਚਿਆਂ ਲਈ ਬਹੁਤ ਹੀ ਜ਼ਿਆਦਾ ਵਧੀਆ ਖਬਰ ਹੈ। ਦੋਸਤੋ, ਲਿਖਿਆ ਗਿਆ ਹੈ ਸਿੱਖਿਆ ਬੋਰਡ ਵੱਲੋਂ 10ਵੀਂ ਦਾ ਨਤੀਜਾ ਆਏਗਾ ਆਪਣਾ 29 ਜੂਨ ਨੂੰ। ਠੀਕ ਹੈ ਦੋਸਤੋ, 29 ਜੂਨ ਨੂੰ ਆਏਗਾ ਆਪਣਾ 10ਵੀਂ ਕਲਾਸ ਦਾ ਨਤੀਜਾ। ਠੀਕ ਹੈ ਦੋਸਤੋ, ਅੱਗੇ ਲਿਖਿਆ ਹੈ ਜੂਨ ਅਤੇ 12ਵੀਂ ਸ਼੍ਰੇਣੀ ਦਾ ਦੀ ਪ੍ਰੀਖਿਆ ਦਾ ਨਤੀਜਾ ਆਏਗਾ ਆਪਣਾ 24 ਜੂਨ ਨੂੰ। ਠੀਕ ਹੈ ਦੋਸਤੋ, ਆਪਣੀ ਸਕਰੀਨ 'ਤੇ ਦੇਖ ਸਕਦੇ ਹੋ 24 ਜੂਨ ਨੂੰ ਆਏਗਾ 12ਵੀਂ ਦਾ ਅਤੇ 10ਵੀਂ ਦਾ ਆਏਗਾ 29 ਜੂਨ ਨੂੰ। ਅਤੇ ਯਾਰ ਇਸਦੇ ਲਈ ਯਾਰ ਲਾਈਕ ਕਰ ਦਿਓ ਯਾਰ, ਫਟਾਫਟ ਲਾਈਕ ਐਂਡ ਸਬਸਕ੍ਰਾਈਬ ਕਰ ਦਿਓ ਯਾਰ ਫਟਾਫਟ। ਠੀਕ ਹੈ, ਇਹੋ ਜਿਹੀ ਹੋਰ ਵੀਡੀਓ ਤੁਹਾਡੇ ਤੱਕ ਪਹੁੰਚਾਉਣ ਦੀ ਜ਼ਰੂਰੀ ਕੋਸ਼ਿਸ਼ ਕਰਾਂਗੇ, ਤਾਂ ਇਹ ਵਾਰ ਯਾਰ ਲਾਈਕ ਅਤੇ ਸਬਸਕ੍ਰਾਈਬ ਕਰ ਦੇਣਾ। ਠੀਕ ਹੈ, ਅਤੇ ਚਲੀਏ ਫਿਰ ਮਿਲਦੇ ਹਾਂ ਅਗਲੀ ਵੀਡੀਓ 'ਚ। ਬਾਏ ਬਾਏ।